ਸ਼ਿਵਜੀ ਮਹਾਰਾਜ ਕਹਿੰਦੇ ਨਹੀਂ ਪਾਰਵਤੀ, ਅਸੀਂ ਆਪਣੇ ਜਿਹਾ ਰੂਪ ਇਹਨੂੰ ਬਦਲ ਕੇ ਗਏ ਨੇ, ਛੁਪਾ ਕੇ ਗਏ ਨੇ ਮਨੁਸ਼ ਰੂਪ ਦੇ ਵਿੱਚ, ਅਸੀਂ ਆਪਣਾ ਰੂਪ ਨੂੰ ਕਹਿੰਦੇ ਬਦਲ ਕੇ ਗਏ, ਲੁਕ ਕੇ ਛੁਪਾ ਕੇ ਗਏ ਅਸੀਂ, ਇਸ ਗੱਲ ਨੂੰ ਕਿਸੇ ਨੇ ਜਾਣਿਆ ਨਹੀਂ ਹੈ। ਜਿਹੜਾ ਲੁਕਾਉਣੇ ਦੇ ਨਾਲ ਕਿਆ ਹੁੰਦਾ ਹੈ, ਉਸ ਗੱਲ ਨੂੰ ਕੋਈ ਜਾਣਦਾ ਨਹੀਂ ਹੈਗਾ ਜੇ ਲੁਕੋ ਕੇ ਰੱਖੀਏ। ਪਰ ਹੁਣ ਅੱਜ ਕੱਲ੍ਹ ਦਾ ਸਮਾਂ ਤਾਂ ਏਦਾਂ ਦਾ ਹੈ ਵੀ ਜੇ ਲੁਕੋ ਕੇ ਰੱਖੂਗੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਅੱਜ ਦਾ ਸਮਾਂ ਸਿੱਧਾ ਇਹ ਸੋਚਦੇ ਆ ਵੀ ਜੇ ਅਸੀਂ ਕੁਛ ਕਰਿਆ ਜੇ ਕਿਸੇ ਨੂੰ ਪਤਾ ਹੀ ਨਾ ਲੱਗਿਆ ਤਾਂ ਉਹਦਾ ਫਿਰ ਕਿਆ ਫਾਇਦਾ ਕਰਨੇ ਦਾ। ਜੇ ਅਸੀਂ ਸੋਚਦੇ ਜੇ ਅਸੀਂ 200 ਰੁਪਇਆ ਕਿਤੇ, 500 ਰੁਪਇਆ ਕਿਤੇ, 200-400 ਕਿਤੇ ਅਸੀਂ ਦਾਨ ਨਹੀਂ ਕਰਿਆ, ਜੇ ਸਾਡਾ 9 ਸਪੀਕਰ ਜੀ ਤਾਂ ਬੋਲ ਨਹੀਂ ਹੋਇਆ ਤਾਂ ਫਿਰ ਦੇਣੇ ਨੂੰ ਤਾਂ ਵਿਡੋਮਈ ਹੋ ਗਈ ਸਾਡੇ ਨੂੰ। ਕਾਹਨੂੰ ਦਿੱਤਾ ਸੀ ਵੀ ਸਾਡਾ ਤਾਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ, ਕਿਸੇ ਨੇ ਕਹਿ ਦਿੱਤਾ ਵੀ ਭਾਈ ਜੇ ਜਿਹੜਾ ਦਾਨ ਹੈ ਉਹ ਦਾਨ ਵੀ ਕਹਿੰਦੇ ਜਿਹੜਾ ਛੁਪਾ ਕੇ ਜੀਵ ਨੂੰ ਉਹ ਕਰਨਾ ਚਾਹੀਦਾ, ਉਹ ਹਲੀ ਬੋਧ ਹੁੰਦਾ ਹੈ। ਜਿਹੜਾ ਦਾਨ ਸੀ ਜੇ ਅਸੀਂ ਡੰਡ ਪਾ ਕੇ ਕਿਤੇ ਮਨ ਪੱਖਾ ਦੇ ਦਿੱਤਾ ਤਾਂ ਅਸੀਂ ਉੱਪਰ ਮੋਟੇ ਮੋਟੇ ਅੱਖਰਾਂ 'ਚ 9 ਲਗਾ ਦਿੰਦੇ ਪਹਿਲੇ ਹੀ। ਪੰਛੀ ਬੋਲਦੇ ਆ ਜਨੂ ਖਗ ਬ੍ਰਿਗ ਸਭੈ ਜਨ ਸਾਨੀ, ਕਹਿੰਦੇ ਜਦ ਇਹ ਆਨੰਦ ਹੈ ਜਿਹੜਾ ਇਹ ਅਯੁੱਧਿਆ ਦੇ ਵਿੱਚ ਵਰਸਿਆ ਕਰਦਾ ਹੈ, ਇਹ ਜਿਹੜਾ ਕੌਤਕ ਹੈ। ਜੇ ਤਾਂ ਰਾਤ ਨੂੰ ਰਾਤ ਹੋਵੇ ਫਿਰ ਤਾਂ ਸੁਭਾਵਿਕ ਉਹ ਤਾਂ ਹੋਣੀ ਹੋਈ ਹੈ, ਜੇ ਦਿਨਾਂ ਨੂੰ ਹੀ ਰਾਤ ਹੋ ਜਾਵੇ ਇਹ ਤਾਂ ਅਚੰਭੇ ਦੀ ਗੱਲ ਹੈ। ਇਸ ਕੌਤਕ ਨੂੰ ਦੇਖ ਕਰਕੇ ਕਿਆ ਹੋਇਆ, ਇਹ ਸੂਰਜ ਭਗਵਾਨ ਹੈ ਜਿਹੜੇ ਕੌਤਕ ਦੇਖੀ ਪਤੰਗ ਬੁਲਾਨਾ, ਇਹ ਅਚੰਭੇ ਦੀ ਗੱਲ ਨੂੰ ਦੇਖ ਕਰਕੇ ਸੂਰਜ ਮਹਾਰਾਜ ਕਹਿੰਦੇ ਹੋ ਆਪਣੇ ਰੱਥਾਂ ਨੂੰ ਰੋਕ ਕਰਕੇ ਉਹ ਦੇਖਣ ਲੱਗੇ ਕਿ ਕਿਆ ਹੋਇਆ ਹੈ ਅਯੁੱਧਿਆ ਦੇ ਵਿੱਚ। ਇੱਕ ਮਾਸ ਤੇਹੀ ਜਾਤ ਨਾ ਜਾਣਾ, ਕਹਿੰਦੇ ਭਾਈ ਸੂਰਜ ਦੇਵਤਾ ਆਕਾਸ਼ ਦੇ ਉੱਪਰ ਖੜ ਗਏ, ਉਹ ਖੜ ਕਰਕੇ ਉਹ ਦੇਖਿਆ ਕਰਦੇ ਆ ਅਯੁੱਧਿਆ ਦਾ ਜਿਹੜਾ ਆਨੰਦ ਦਾ ਉਤਸਵ ਹੋਇਆ ਕਰਦਾ ਹੈ ਉਹਨੂੰ ਦੇਖਿਆ ਕਰਦੇ ਆ। ਤੁਲਸੀਦਾਸ ਮਹਾਰਾਜ ਕਹਿੰਦੇ ਮਾਸ ਦਿਵਸ ਕਰ ਦਿਵਸ ਵਾ ਮਰ ਮਨ ਜਾਣੇ ਕੋਈ, ਭਾਈ ਇਹ ਜਿਹੜੀ ਗੱਲ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗੀ ਕਾਹਦੇ ਕਾਰਨ, ਇਹਦੇ ਨਾਲ ਅਵੀਰ ਦੇ ਨਾਲ ਕਹਿੰਦੇ ਉਹ ਰਾਤ ਦਿਖਾਈ ਦਿਆ ਕਰਦੀ ਹੈ। ਫਿਰ ਉਹ ਜਿਹੜੇ ਤਾਰੇ ਆ ਉਹ ਕਹਿੰਦੇ ਵੀ ਜਿੰਨੇ ਵੀ ਅਯੁੱਧਿਆ ਦੇ ਨਗਰ ਦੇ ਘਰ ਹੈ ਉਹਨਾਂ ਘਰਾਂ ਦੇ ਉੱਪਰ ਮਣੀਆਂ ਲੱਗੀਆਂ ਮੈਂ, ਉਹਨਾਂ ਮਣੀਆਂ ਦਾ ਜਿਹੜਾ ਪ੍ਰਕਾਸ਼ ਹੈ ਉਹ ਇੱਦਾਂ ਲੱਗਦਾ ਹੈ ਜਿੱਦਾਂ ਤਾਰੇ ਚਮਕਿਆ ਕਰਦੇ ਹੈ। ਔਰ ਲੂਪ ਗ੍ਰਹਿ ਕਾਲ ਸੋ ਇੰਦੂ ਉਦਾਰਾ, ਕਹਿੰਦੇ ਭਾਈ ਵੀ ਹੁਣ ਜਦ ਰਾਤ ਹੁੰਦੀ ਹੈ ਤਾਂ ਚੰਦਰਮਾ ਵੀ ਦਿਖਦਾ ਹੈ, ਉਹ ਚੰਦਰਮਾ ਕਿਆ ਦਿਖਿਆ ਕਰਦਾ ਹੈ, ਰਾਜਾ ਦਸ਼ਰਥ ਜੀ ਦੇ ਜਿਹੜੇ ਮਹਿਲ ਹੈ ਉਹਨਾਂ ਮਹਿਲਾਂ ਦੇ ਉੱਪਰ ਜਿਹੜੇ ਸੋਨੇ ਦਾ ਕਲਸ਼ ਲੱਗਿਆ ਵਾ ਹੈ ਉਹ ਕਹਿੰਦੇ ਇਸ ਤਰ੍ਹਾਂ ਦਿਖਾਈ ਦਿਆ ਕਰਦਾ ਹੈ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਚੰਦਰਮਾ ਚੜਿਆ ਵਾ ਹੋਵੇ। ਭਵਨ ਵੇਲ ਤੁਮੀ ਅਤਿ ਮਧੁਵਾਣੀ, ਜਨੁ ਖਗ ਮੁਖਰ ਸਮੈ ਜਨ ਸਾਨੀ, ਵੀ ਭਾਈ ਜਦੋਂ ਹਨੇਰਾ ਹੋਣ ਲੱਗਦਾ ਤਾਂ ਜਿਹੜੇ ਪੰਛੀ ਹੈ ਉਹ ਕਿਆ ਕਰਦੇ ਆ, ਪੰਛੀਆਂ ਦੀ ਆਵਾਜ਼ ਆਉਂਦੀ ਹੈ, ਪੰਛੀ ਗੁਣਗੁਣਾਉਂਦੇ ਆ, ਪੰਛੀ ਬੋਲਦੇ ਜਾਂਦੇ ਆ। ਤੁਲਸੀਦਾਸ ਮਹਾਰਾਜ ਕਹਿੰਦੇ ਉਹ ਜਿਹੜੇ ਪੰਛੀਆਂ ਦੀ ਜਿਹੜੀ ਆਵਾਜ਼ ਹੈ ਉਹ ਕਿਆ ਹੈ, ਕਹਿੰਦੇ ਹਰੇਕ ਭਵਨ ਦੇ ਵਿੱਚ ਕੋਮਲ ਬਾਣੀ ਦੇ ਨਾਲ ਵੇਦ ਦੀ ਧਵਨੀ ਹੋਇਆ ਕਰਦੀ ਹੈ, ਉਹਦੀ ਆਵਾਜ਼ ਆਇਆ ਕਰਦੀ ਹੈ।